ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਬਾਬਾ ਨਾਨਕ ਸਰ ਕਲੇਰ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਵੀ ਆਪਾਂ ਆਪਣੇ ਯੂਟਿਊਬ ਚੈਨਲ ਪ੍ਰਾਈਟ ਟੀ ਵੀ ਦੇ ਮਾਧਿਅਮ ਰਾਹੀਂ ਜਿੱਥੇ ਖਿਡਾਰੀਆਂ ਦੀ ਇੰਟਰਵਿਊ ਲੈ ਕੇ ਪੇਸ਼ ਹੁੰਦੇ ਹਾਂ, ਉੱਥੇ ਆਪਾਂ ਨਾਲ ਟੂਰਨਾਮੈਂਟਾਂ ਦੀ ਜਿਹੜੀ ਪ੍ਰਮੋਸ਼ਨ ਵੀਡੀਓ ਵੀ ਬਣਾਉਂਦੇ ਹਾਂ। ਅਤੇ ਉਸੇ ਦੇ ਸੰਬੰਧ ਵਿੱਚ ਅੱਜ ਮੈਂ ਤੁਹਾਨੂੰ ਸੱਦਾ ਪੱਤਰ ਦੇ ਰਿਹਾ ਜੀ, ਪਿੰਡ ਸਹੌਲੀ ਦੇ ਖੇਡ ਮੇਲੇ ਦਾ, ਜਿੱਥੇ ਕਿ ਬਾਬੂ ਅਮਰ ਸਿੰਘ ਸਪੋਰਟਸ ਅਤੇ ਯੂਥ ਕਲੱਬ ਵੱਲੋਂ 77ਵੀਆਂ ਖੇਡਾਂ ਪਿੰਡ ਸਹੌਲੀ ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਮਿਤੀ ਹੈਗੀ ਹੈ ਜੀ 23 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਇਹ ਟੂਰਨਾਮੈਂਟ ਆ ਜਿਹੜਾ ਚੱਲੂਗਾ, ਜਿਸ ਦੇ ਵਿੱਚ ਫੁੱਟਬਾਲ ਕਲੱਬ ਅਤੇ ਕਬੱਡੀ ਇੱਕ ਓਪਨ ਜਿਹੜਾ ਨਿਰੋਲ ਆ ਉਹ ਵੀ ਟੂਰਨਾਮੈਂਟ ਕਰਵਾਇਆ ਜਾਊਗਾ। ਕਬੱਡੀ ਦੇ ਮੈਚ ਆ ਜਿਹੜੇ ਉਹ 28 ਫਰਵਰੀ ਨੂੰ ਕਰਵਾਏ ਜਾਣਗੇ, ਅਤੇ ਜਿਸ ਵਿੱਚ ਸਿਰਫ 16 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਪਹਿਲਾ ਇਨਾਮ 51,000, ਦੂਸਰਾ 41,000 ਅਤੇ ਵੈਸਟ ਰੇਡਰ ਅਤੇ ਜਾਫੀ ਨੂੰ ਜਿਹੜਾ ਉਹ 11,000 ਰੁਪਇਆ ਦਿੱਤਾ ਜਾਊਗਾ। ਅਤੇ ਜੇ ਆਪਾਂ ਫੁੱਟਬਾਲ ਦੀ ਗੱਲ ਕਰਦੇ ਹਾਂ, ਫੁੱਟਬਾਲ ਦਾ ਜਿਹੜਾ ਪਹਿਲਾ ਇਨਾਮ ਹੈਗਾ ਵਾ ਉਹ ਹੈਗਾ ਜੀ 1,11,000 ਰੁਪਏ, ਜੋ ਕਿ ਸਰਦਾਰ ਜਸਵੰਤ ਸਿੰਘ ਜੀ ਗਰੇਵਾਲ ਅਤੇ ਬੌਬੀ ਸਿੱਧੂ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਫੁੱਟਬਾਲ ਦਾ ਜਿਹੜਾ ਪਹਿਲਾ ਇਨਾਮ ਆ ਉਹ ਦਿੱਤਾ ਜਾਊਗਾ। ਇਸ ਤੋਂ ਇਲਾਵਾ ਜੇ ਫੁੱਟਬਾਲ ਦੇ ਦੂਸਰੇ ਇਨਾਮ ਦੀ ਗੱਲ ਕਰਦੇ ਹਾਂ ਆਪਾਂ, ਤਾਂ ਦੂਸਰਾ ਇਨਾਮ ਹੋਊਗਾ ਜੀ 75,000 ਰੁਪਏ। ਇਸ ਤੋਂ ਅੱਗੇ ਤੀਜਾ ਅਤੇ ਚੌਥਾ ਇਨਾਮ 21,000 ਰੁਪਏ, ਪੰਜਵੇਂ ਤੋਂ ਅੱਠਵੇਂ ਤੱਕ 71,100 ਰੁਪਇਆ, ਅਤੇ 9ਵੇਂ ਤੋਂ 16 ਤੱਕ ਦਾ ਜਿਹੜਾ ਇਨਾਮ ਆ ਉਹ 21,100 ਰੁਪਏ ਹੋਊਗਾ। ਜੇ ਆਪਾਂ ਸੈਕਿੰਡ ਪ੍ਰਾਈਜ਼ ਦੀ ਗੱਲ ਕਰਦੇ ਹਾਂ, ਤਾਂ ਸੈਕਿੰਡ ਪ੍ਰਾਈਜ਼ ਜਿਹੜਾ 75,000 ਰੁਪਇਆ ਵਾ, ਇਹ ਇਨਾਮ ਪੰਮਾ ਸੰਘੇੜਾ ਦੇ ਪਰਿਵਾਰ ਵੱਲੋਂ ਫੁੱਟਬਾਲ ਦਾ ਜਿਹੜਾ ਦੂਸਰਾ 75,000 ਰੁਪਇਆ ਉਹ ਦਿੱਤਾ ਜਾਊਗਾ। ਇਸ ਤੋਂ ਇਲਾਵਾ ਜੇ ਅੱਗੇ ਆਪਾਂ ਤੀਜੇ ਇਨਾਮ ਦੀ ਗੱਲ ਕਰਦੇ ਹਾਂ, ਤਾਂ ਅਜੀਤਪਾਲ ਸੰਘੇੜਾ ਜੀ ਵੱਲੋਂ 21,000 ਰੁਪਏ ਦਿੱਤਾ ਜਾਊਗਾ। ਚੌਥਾ ਪ੍ਰਾਈਜ਼ ਦੀਪਾ ਗਰੇਵਾਲ ਅਤੇ ਮਨੀ ਸੰਘੇੜੇ ਵੱਲੋਂ 21,000 ਰੁਪਏ ਦਾ ਜਿਹੜਾ ਇਨਾਮ ਆ ਉਹ ਚੌਥਾ ਨੰਬਰ ਉਹ ਇਹਨਾਂ ਦੇ ਵੱਲੋਂ ਦਿੱਤਾ ਜਾਊਗਾ। ਅਤੇ ਜੇਕਰ ਆਪਾਂ ਕੁਆਟਰ ਦੇ ਇਨਾਮਾਂ ਦੀ ਗੱਲ ਕਰਦੇ, ਪੰਜਵੇਂ ਤੋਂ ਅੱਠਵੇਂ ਤੱਕ ਦਾ ਜਿਹੜਾ ਇਨਾਮ ਆ 71,100 ਰੁਪਈਆ ਜਗਵਿੰਦਰ ਸਿੰਘ ਸੇਖੋਂ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਕੁਆਟਰ ਦਾ ਇਨਾਮ 71,100 ਰੁਪਏ ਉਹ ਦਿੱਤਾ ਜਾਊਗਾ। ਇਸ ਤੋਂ ਅੱਗੇ ਜੇ ਗੱਲ ਕਰਦੇ ਹਾਂ ਆਪਾਂ 9 ਤੋਂ ਲੈ ਕੇ 16 ਨੰਬਰ ਤੱਕ ਦੀਆਂ ਜਿਹੜੀਆਂ ਟੀਮਾਂ ਦੇ ਇਨਾਮ ਆ 21,100 ਰੁਪਈਆ ਉਹ ਤਰਨਦੀਪ ਸਿੰਘ ਸੰਘੇੜਾ ਦੇ ਪਰਿਵਾਰ ਵੱਲੋਂ ਜਿਹੜਾ ਫੁੱਟਬਾਲ ਦਾ ਇਨਾਮ ਆ 9 ਤੋਂ 16 ਤੱਕ ਦਾ ਉਹ ਦਿੱਤਾ ਜਾਊਗਾ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਵਿੱਚ 3 ਖਿਡਾਰੀਆਂ ਦਾ ਜਿਹੜਾ ਸਨਮਾਨ ਆ ਉਹ ਕੀਤਾ ਜਾਣਾ, ਸਰਜੀਤ ਸਿੰਘ ਮੋਹੀ, ਅਜੇ ਕਸ਼ਪ ਅਤੇ ਸ਼ੇਰਾ ਆਂਡਲੂ ਦਾ, ਇਹਨਾਂ ਤਿੰਨਾਂ ਖਿਡਾਰੀਆਂ ਨੂੰ LED ਨਾਲ ਸਨਮਾਨਿਤ ਕੀਤਾ ਜਾਊਗਾ। ਸੁੱਖ ਚੀਮਾ USA, ਗੈਰੀ ਗਰੇਵਾਲ ਗੋਰਾ ਜਾਂਗਪੁਰ ਅਤੇ ਅਮਨਾ ਜਾਂਗਪੁਰ ਵੱਲੋਂ ਇਹਨਾਂ ਤਿੰਨਾਂ ਵੀਰਾਂ ਨੂੰ LED ਨਾਲ ਸਨਮਾਨਿਤ ਕੀਤਾ ਜਾਊਗਾ। ਇਸ ਤੋਂ ਇਲਾਵਾ ਜੇ ਸਹੌਲੀ ਫੁੱਟਬਾਲ ਦੀ ਟੀਮ ਦੀ ਗੱਲ ਕਰਦੇ ਹਾਂ, ਤਾਂ ਸੁੱਖ ਚੀਮਾ USA ਅਤੇ ਗੈਰੀ ਗਰੇਵਾਲ ਵੱਲੋਂ ਜਿਹੜੀ ਪਿਛਲੇ ਸਾਲ ਫੁੱਟਬਾਲ ਦੀ ਟੀਮ ਟੂਰਨਾਮੈਂਟ ਜਿੱਤੀ ਸੀ, ਸਾਰੀ ਟੀਮ ਨੂੰ LED ਨਾਲ ਸਨਮਾਨਿਤ ਕੀਤਾ ਜਾਊਗਾ। ਇਸ ਸਾਲ ਦੇ ਜਿਹੜੇ ਟੂਰਨਾਮੈਂਟ ਦੇ ਬੈਸਟ ਖਿਡਾਰੀ ਹੋਣਗੇ ਜਿਨ੍ਹਾਂ ਨੂੰ LED ਦਿੱਤੀਆਂ ਜਾਣਗੀਆਂ, ਰਾਣਾ ਗਰੇਵਾਲ USA ਅਤੇ ਵਿੱਕੀ ਗਰੇਵਾਲ ਦੇ ਪਰਿਵਾਰ ਵੱਲੋਂ 4 ਜਿਹੜੇ ਬੈਸਟ ਖਿਡਾਰੀ ਹੋਣਗੇ ਟੂਰਨਾਮੈਂਟ ਦੇ, ਉਹਨਾਂ ਨੂੰ LED ਵੀ ਦਿੱਤੀਆਂ ਜਾਣਗੀਆਂ। ਅਤੇ ਜੇ ਆਪਾਂ ਗੱਲ ਕਰਦੇ ਹਾਂ ਇਸ ਟੂਰਨਾਮੈਂਟ ਦੀ, ਇਹ ਟੂਰਨਾਮੈਂਟ 23 ਤਰੀਕ ਤੋਂ ਲੈ ਕੇ 28 ਫਰਵਰੀ 2024 ਤੱਕ ਜਿਹੜਾ ਸਹੌਲੀ ਪਿੰਡ ਦੀਆਂ ਗਰਾਊਂਡਾਂ ਵਿੱਚ ਹੋਵੇਗਾ, ਜੋ ਕਿ 77ਵਾਂ ਫੁੱਟਬਾਲ ਅਤੇ ਕਬੱਡੀ ਕੱਪ ਜਿਹੜਾ ਇਹ ਹੋਣ ਜਾ ਰਿਹਾ ਵਾ, ਜਿਸ ਦੇ ਵਿੱਚ ਆਪਣੇ ਗੈਰੀ ਗਰੇਵਾਲ ਅਤੇ ਪ੍ਰਭ ਗਰੇਵਾਲ ਅਤੇ ਉਹਨਾਂ ਦੇ ਨਾਲ ਤਰਨਦੀਪ ਸੰਘੇੜਾ, ਜਸ ਚੀਮਾ, ਸੁੱਖ ਗਰੇਵਾਲ, ਕੁਲਰਾਜ ਟਿਵਾਣਾ, ਗੁਰਕਮਲ ਲੈਟ, ਨਵੀ ਗਰੇਵਾਲ, ਇਸ ਤੋਂ ਇਲਾਵਾ ਗੁਰਮੀਤ ਸਿੰਘ ਲੈਟ, ਲੈਕਚਰਾਰ ਤਰਸੇਮ ਸਿੰਘ, ਜਗਰੂਪਿੰਦਰ ਸਿੰਘ ਸੰਘੇੜਾ, ਅਜੀਤਪਾਲ ਸਿੰਘ ਗਰੇਵਾਲ, ਹਰਮੀਤ ਸਿੰਘ ਲੈਟ,
रणजीत सिंह गरेवाल, इंद्रपाल सिंह संगेड़ा, गुरमीत सिंह गरेवाल, बलबीर सिंह सिद्धू, लैक्चरर अजीत सिंह, कमलजीत सिंह संगेड़ा, लखी लैट, बॉबी गरेवाल, गुरविंदर लैट, मनी सहौली, जोवन गरेवाल, हरमन गरेवाल, तरनवीर सहौली, मनी धालीवाल, पिंदा लैट, पवन धालीवाल, तनु सहौली, मन्ना गैल। इन्हां सारे वीरां वल्लों भी जिहड़ा इस टूरनामेंट दे विच वध चढ़ के सहयोग किया जा रहा वा, जिहड़ा कि टूरनामेंट कमेटी दे विच मुख खिडारी अते प्रबंधक हन, इह भी टूरनामेंट दे नाल नाल चल रहे हन। इस तों इलावा गुरप्रीत लैट, पम्मा संघेड़ा, धर्मिंदर संघेड़ा, मनदीप धामी, गुरिंदर गरेवाल, काका संघेड़ा, राणा गरेवाल, जगविंदर सेखों, अबलीन संघेड़ा, अजीतपाल संघेड़ा, काका गरेवाल, त्रिलोचन गरेवाल, प्रगट गरेवाल, सोहनजीत गरेवाल, रुपिंदर संघेड़ा, सोनी गरेवाल, दीपा गरेवाल, गुरप्रीत गरेवाल, मनी संघेड़ा, तरनदीप संघेड़ा, हरदीप गरेवाल, सुखमन धामी। ये सारे NRI वीर अते समूह नगर निवासी ग्राम पंचायत सहौली पिंड वालों जिहड़ा टूरनामेंट करवाया जा रहा वा, जिहड़ियां कि 77वीं खेडां पिंड सहौली जिला लुधियाणा विखे हो रही वा, जिस विच इस बार कबड्डी का जिहड़ा कापा वह भी हो रहा वा, जिहनूं मेन स्पोंसर कबड्डी नूं कर रहे हन गुरप्रीत सिंह लैट USA ते मनदीप सिंह धामी आस्ट्रेलिया कबड्डी स्पोंसर ने। ते इस विच जिहड़ा कबड्डी का पहला इनाम 51,000 ते दूजा इनाम 41,000 दिता जाएगा, जिस विच बेस्ट रेडर अते जाफी नूं 11,000 रुपए का इनाम होगा। समूह नगर निवासी अते ग्राम पंचायत अते बाबू अमर सिंह स्पोर्ट्स क्लब सहौली वालों आप सब नूं इन्हां खेडां दे विच पहुँचने लई खुला सद्दा दिता जांदा वा, आप सब ने जरूर पहुँचना। वाहिगुरू जी का खालसा, वाहिगुरू जी की फतेह।